ਕੱਲ੍ਹ ਬੱਗੇ ਘੁੰਮਿਆ ਦਿਨ ਜਲੇਬੀਆਂ ਦਿੱਤੀਆਂ, ਮੱਖੀ ਨੇ ਹਮਲਾ ਕਰ ਦਿੱਤਾ। ਮੱਖੀ ਨੇ ਹਮਲਾ ਉਦੋਂ ਕੀਤਾ ਜਦੋਂ ਬੱਗਾ ਚਾਣੀ ਵਿੱਚ ਸਕਰੀਨ ਮਿਲਾਵਟ ਕਰ ਰਿਹਾ ਸੀ। ਬੱਗੇ ਨੇ ਪੌਣੀ ਮਾਰ ਕੇ ਪੰਜ ਮੱਖੀਆਂ ਦੀ ਥਾਂ 'ਤੇ ਜਾ ਬਹਾ ਅਤੇ ਤਿੰਨ ਭੱਜਣ 'ਚ ਕਾਮਯਾਬ ਹੋ ਗਈਆਂ। ਕੱਲ੍ਹ ਚਾਹ ਦੀ ਗਲਾਸੀ ਦੇ ਡੁੱਬਣ ਦੇ ਨਾਲ ਇੱਕ ਬੰਦੇ ਦੀ ਆਤਮ ਹੱਤਿਆ। ਬਾਅਦ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਡਰਾਮਾ ਚਾਹ ਪੀਣੀ ਸ਼ੁਰੂ ਕਰੋ ਤਾਂ ਕਿ ਲਾਸ਼ ਫੁੱਲ ਕੇ ਬਾਹਰ ਆ ਸਕੇ। ਗਵਾਚੇ ਬਾਰੇ ਸੂਚਨਾ, ਕੱਲ੍ਹ ਦਿਨਾਨਗਰ ਤੋਂ ਕਿਸੇ ਦਾ ਕਾਲੇ ਰੰਗ ਦਾ ਕੁੱਤਾ ਗਵਾਚ ਗਿਆ, ਜਿਹਦੇ ਕੰਨ ਕੜਾਈ ਦੇ ਕੁੰਡੇ ਅਰਗੇ, ਮੱਥੇ 'ਤੇ ਤਸੂਲ ਦਾ ਨਿਸ਼ਾਨ। ਇਹਨੂੰ ਲੱਭਣ ਵਾਲੇ ਨੂੰ 7 ਜੁੱਤੀਆਂ, ਹੁੱਕੇ ਦਾ ਪਾਣੀ, ਚੁੱਲ੍ਹੇ ਦੀ ਸਵਾਹ ਫਰੀ ਲੈ ਕੇ ਦਿੱਤੀ ਜਾਏਗੀ। ਕੱਲ੍ਹ ਮਕੇਰੀਆਂ ਤੋਂ ਕਿਸੇ ਦੀ ਬੱਕਰੀ ਗਵਾਚ ਗਈ, ਜਿਹਦਾ ਰੰਗ ਬੱਗਾ ਅਤੇ 3 ਫੁੱਟ ਪੂਛ। ਲੱਭਣ ਵਾਲੇ ਨੂੰ ਤੰਬਾਕੂ ਦੀਆਂ ਪੁੜੀਆਂ ਅਤੇ ਇਸ਼ਦਰਸ਼ਨਾਂ ਢੇਰ ਸਾਰੀਆਂ ਦਿੱਤੀਆਂ ਜਾਣਗੀਆਂ। ਮੌਸਮ, ਉੱਧਰ ਪਿਆਰੇ ਵਾਈਆਂ ਅਤੇ ਸੁਖਦੇਵ ਵਾਈਆਂ ਦਾ ਕਹਿਣਾ ਹੈ ਕਿ 2 ਦਿਨ ਹੋ ਗਏ ਨੇ ਸੂਰਜ ਇੱਕ ਜਗ੍ਹਾ 'ਤੇ ਰੁਕਿਆ ਹੋਇਆ ਨੇ, ਜਾਂ ਤਾਂ ਪੈਂਚਰ ਹੋ ਗਿਆ ਜਾਂ ਤਾਂ ਪੈਂਡਲ ਦੀਆਂ ਗੋਲੀਆਂ ਡਿੱਗ ਪਈਆਂ ਨੇ। ਸਾਬੇ ਸਾਈਕਲਾਂ ਵਾਲੇ ਨੂੰ ਇਲਤ ਬਿਠਾ ਕੇ ਸੂਰਜ 'ਤੇ ਘੱਲ ਦਿੱਤਾ ਜਾਏਗਾ। ਸੂਰਜ ਨੂੰ ਚਾਲੂ ਕਰਨ ਤੋਂ ਬਾਅਦ ਦੋਵੇਂ ਛਿੰਦੂ ਵਾਲੇ ਛੱਪੜ 'ਚ ਛਾਲਾਂ ਮਾਰ ਦੇਣਗੇ। ਜਾ ਸਕਦੇ ਹਨ, ਧੰਨਵਾਦ।